ਆਮ ਲੋਕਾਂ ਤੋਂ ਲੈ ਕੇ ਵੱਡੇ ਵਪਾਰੀਆਂ ਤੱਕ ਸਾਰੇ ਹੀ ਸਰਕਾਰ ਨੂੰ ਟੈਕਸ ਦਿੰਦੇ ਹਨ, ਪਰ ਸਰਕਾਰ ਵੱਲੋਂ ਟੈਕਸ ਵਸੂਲੀ ਕਰਕੇ ਜੋ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਹਨਾਂ ਵਿੱਚ ਵੱਡੀਆਂ ਖਾਮੀਆਂ ਵੇਖਣ ਨੂੰ ਆਮ ਹੀ ਮਿਲਦੀਆਂ ਹਨ। ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਵਿੱਚ ਇੰਟਰਲੋਕ ਟੈਲਾਂ ਦਾ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ, ਜਿਸ ਦੇ ਕਾਰਨ ਤੀਜੀ ਵਾਰ ਲਗਾਈਆਂ ਗਈਆਂ ਇੰਟਰਲੋਕ ਟਾਈਲਾਂ ਇੱਕ ਵਾਰ ਫਿਰ ਦੱਬੀਆਂ ਗਈਆਂ ਨੇ। ਉਧਰ ਠੇਕੇਦਾਰ ਰਦੀਪ ਸੁਖੀਚਾ ਦਾ ਸੰਬੰਧ ਸੱਤਾਧਾਰੀ ਪਾਰਟੀ ਦੇ ਨਾਲ ਹੋਣ ਕਾਰਨ ਕੋਈ ਵੀ ਸਿਆਸੀ ਸਰਪ੍ਰਸਤ ਇਸ 'ਤੇ ਗੱਲ ਕਰਨ ਲਈ ਤਿਆਰ ਨਹੀਂ ਹੈ। ਹਲਕੇ ਦੀ ਸੀਨੀਅਰ ਕਾਂਗਰਸੀ ਆਗੂ ਕਰਨ ਕੌਰ ਬਰਾੜ ਨੇ ਕਿਨਾਰਾ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਪੈਸਾ ਕਿਸੇ ਨੂੰ ਵੀ ਬਰਬਾਦ ਨਹੀਂ ਕਰਨ ਦਿੱਤਾ ਜਾਵੇਗਾ। ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀ, ਮਗਰ ਇੱਕ ਗੱਲ ਮੈਂ ਸਪਸ਼ਟ ਦੱਸਦੀ ਹਾਂ ਜੀ, ਮੈਂ ਅਤੇ ਮੇਰਾ ਪਰਿਵਾਰ ਹਮੇਸ਼ਾ ਸੱਚੇ ਦੇ ਨਾਲ ਖੜਦੇ ਹਾਂ ਅਤੇ ਇਸੇ ਚੈਨਲ ਦੇ ਰਾਹੀਂ ਮੈਂ ਸਾਰਿਆਂ ਨੂੰ ਚੇਤਾਵਨੀ ਦਿੰਦੀ ਹਾਂ ਕਿ ਜੇ ਕੋਈ ਗਲਤ ਮਟੀਰੀਅਲ ਵਰਤੂਗਾ ਤਾਂ ਉਹਨਾਂ ਦੇ ਖਿਲਾਫ਼ ਜ਼ਰੂਰ ਕਾਰਵਾਈ ਹੋਊਗੀ। ਨਿਰਮਾਣ ਕਾਰਜਾਂ ਵਿੱਚ ਤੀਜੀ ਵਾਰ ਮੁਰੰਮਤ ਸ਼ੁਰੂ ਹੋਣ ਤੋਂ ਬਾਅਦ SDS ਰਣਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਗਰ ਕੌਂਸਲ ਤੋਂ ਰਿਪੋਰਟ ਮੰਗੀ ਗਈ ਹੈ। ਉਹਨਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਜਿੱਦਾਂ ਕਿ ਮੇਰੇ ਕੱਲ੍ਹ ਹੀ ਧਿਆਨ ਵਿੱਚ ਆਇਆ ਸੀਗਾ ਇਸ ਮਾਮਲੇ ਬਾਰੇ, ਅਤੇ ਮੈਂ ਇਹਦੇ CEO ਸਾਹਿਬ ਨਾਲ ਗੱਲ ਕੀਤੀ ਹੈਗੀ ਆ। ਉਹਨਾਂ ਨੂੰ ਮੈਂ ਕਿਹਾ ਹੈਗਾ ਕਿ ਇਹਦਾ ਮੈਨੂੰ ਸਟੇਟਸ ਅਪਡੇਟ ਕਰਕੇ ਦੱਸਣਗੇ, ਅਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਦਵਾਇਆ ਕਿ 1-2 ਦਿਨਾਂ ਦੇ ਵਿੱਚ ਕੰਮ ਪੂਰਾ ਹੋ ਜਾਏਗਾ। ਸ਼੍ਰੀ ਮੁਕਤਸਰ ਸਾਹਿਬ ਤੋਂ AS ਸ਼ਾਂਤੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ TV NRI।